ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ ਤੇ ਮੈਂ ਸ਼ਾਲੂ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਐਲੀ ਮਾਂਗੜ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ। ਦਰਸ਼ਕੋ, ਐਲੀ ਮਾਂਗੜ ਦਾ ਮੁੱਦਾ ਕਾਫੀ ਜ਼ਿਆਦਾ ਭੱਕ ਚੁੱਕਿਆ ਜੋ ਕਿ ਉਹਨਾਂ ਦੀ ਲੜਾਈ ਚੱਲ ਰਹੀ ਹੈ ਰੰਮੀ ਰੰਧਾਵਾ ਦੇ ਨਾਲ। ਰੰਮੀ ਰੰਧਾਵਾ ਹਾਲਾਂ ਦੇ ਵਿੱਚ ਦਿਖਾਈ ਨਹੀਂ ਦੇ ਰਹੇ, ਪਰ ਐਲੀ ਮਾਂਗੜ ਦੇ ਨਾਲ ਜੁੜੀ ਖਬਰ ਇੱਕ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਉਸ ਦੇ ਲਈ ਕਿਹਾ ਜਾ ਰਿਹਾ ਹੈ ਕਿ ਐਲੀ ਮਾਂਗੜ ਨੂੰ ਹੁਣ ਹਾਈ ਕੋਰਟ ਦੇ ਵਿੱਚ ਲਿਜਾਇਆ ਜਾ ਰਿਹਾ ਹੈ। ਪਰ ਜਦੋਂ ਐਲੀ ਮਾਂਗੜ ਦੇ ਨਾਲ ਮੀਡੀਆ ਦੀ ਗੱਲਬਾਤ ਹੋਈ ਉਸ ਦੌਰਾਨ ਐਲੀ ਮਾਂਗੜ ਕਾਫੀ ਜ਼ਿਆਦਾ ਨਿਰਾਸ਼ ਦਿਖਾਈ ਦੇ ਰਹੇ ਨੇ ਅਤੇ ਜਿੰਨੀ ਐਕਸਾਈਟਮੈਂਟ ਦੇ ਨਾਲ ਉਹ ਇੰਡੀਆ ਆਏ ਸੀ ਓਨੀ ਹੀ ਉਦਾਸੀ ਉਹਨਾਂ ਦੇ ਚਿਹਰੇ ਤੇ ਦੇਖਣ ਨੂੰ ਮਿਲ ਰਹੀ ਹੈ। ਪੂਰੇ ਮੁੱਦੇ ਤੇ ਨਜ਼ਰ ਕਰੀਏ ਤਾਂ ਦਰਸ਼ਕਾਂ ਦਾ ਇਹੀ ਕਹਿਣਾ ਹੈ ਕਿ ਇਹ ਪੂਰਾ ਪਲਾਨ ਕੀਤਾ ਗਿਆ ਸੀ ਰੰਮੀ ਰੰਧਾਵਾ ਦਾ। ਪਰ ਤੁਸੀਂ ਇਸ ਪੂਰੇ ਮੁੱਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਕੀ ਕਹਿਣਾ ਚਾਹੁੰਦੇ ਹੋ, ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਤੇ ਹੁਣ ਮੈਂ ਚੱਲਦੀ ਹਾਂ ਐਲੀ ਮਾਂਗੜ ਅਤੇ ਰੰਮੀ ਰੰਧਾਵਾ ਦੇ ਨਾਲ ਜੁੜੀ ਹੋਈ ਤੁਹਾਨੂੰ ਹੋਰ ਅਪਡੇਟਸ ਵੀ ਦਿੰਦੀ ਰਹਾਂਗੀ ਅਤੇ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਡੇਲੀ ਅਪਡੇਟਸ ਦੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਪ੍ਰੈਸ ਕਰ ਲਓ ਬੈਲ ਆਈਕਨ ਨੂੰ ਤਾਂ ਕਿ ਤੁਹਾਨੂੰ ਡੇਲੀ ਦੀਆਂ ਅਪਡੇਟਸ ਮਿਲਦੇ ਰਹਿਣ। ਤੇ ਹੁਣ ਮੈਂ ਚੱਲਦੀ ਹਾਂ, ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ।